ਬਈ ਕਿਤਾਬ ਵਿੱਚ 28 ਕਰੋੜ, ਬਈ ਦੇ ਵਿੱਚ 39 ਕਰੋੜ, ਬਈ ਦੇ ਵਿੱਚ 42 ਕਰੋੜ, ਬਈ ਦੇ ਵਿੱਚ 48, ਆਖਿਰ ਵੰਜ ਮੁਕਤ 52 ਕਰੋੜ ਹੁੰਦਾ। ਬਾਗਾਂ ਦੀ ਖੁਦਾ ਹੈ, ਹਾਕੀ ਖੁਦਾ ਹੈ, ਲੰਗੂਰ ਖੁਦਾ ਹੈ, ਮਠੂਆ ਖੁਦਾ ਹੈ, ਪਿੱਪਲ ਖੁਦਾ ਹੈ, ਬੁਹੜ ਖੁਦਾ ਹੈ, ਗਊ ਖੁਦਾ ਹੈ, ਨਾਂ ਖੁਦਾ ਹੈ। ਕੋਈ ਸ਼ੈ ਜਿਹਦੇ ਵਿੱਚ ਕੋਈ ਨਫ਼ਾ ਹੈ ਜਾਂ ਨੁਕਸਾਨ ਨਹੀਂ, ਕੋਈ ਖੁਦਾ। ਹੁਣ ਤੁਸੀਂ ਆਪ ਸੋਚੋ, ਜਿਹੜੀ ਕੌਮ ਦੇ ਇਤਨੇ ਖੁਦਾ ਹੋਣ, ਉਹ ਕੌਮ ਦਾ ਹਸ਼ਰ ਕਿਆ ਹੈ? ਪੂਰੀ ਹਯਾਤੀ ਦੇ ਇਨਸਾਨ ਦੀ ਇਤਨੀ ਕੋਈ ਨਹੀਂ ਜੋ ਸਾਰੇ ਖੁਦਾਵਾਂ ਦੀ ਪੂਜਾ ਕਰ ਸਕੇ, ਕਹੀਂ ਨਾ ਕਹੀਂ ਤਾਂ ਪੱਕੜੇ ਚਾਹਤੀ ਕੱਲੇ ਖਾਤ। ਔਰ ਮੈਂ ਕੋਈ ਪੂਰਾ ਮੰਨਿਆ ਵੀ ਜੋ ਖੁਦਾ ਹੈ ਤਾਂ ਖੁਦਾ ਦਾ ਯਾਦ ਹੈ, ਤਾਂ ਮੇਰੀ ਪੂਜਾ ਕਰ, ਮੇਰੀ ਇਬਾਦਤ ਕਰ, ਮੈਂ ਕੋ ਮੰਨ, ਉਹ ਕੋ ਮੰਨੀ, ਮੈਂ ਕੋ ਨਹੀਂ ਵੀ ਮੰਨਿਆ। ਅਹਿਮਕਾਨਾ ਹਾਲਤ, ਜਾਹਿਲਾਨਾ ਹਾਲਤ, ਇਹ ਸਭ ਜਿਹੜੀ ਹਾਲਤ ਹੈ, ਅੰਬਿਆ ਰਸੂਲ ਕੋ ਛੋੜਨਾ, ਅੱਲਾ ਦੀ ਹਿਦਾਇਤ ਕੋ ਛੋੜਨਾ, ਉਹਦਾ ਨਤੀਜਾ ਸਾਰੀ ਮਖਲੂਕ ਆਪ ਮੁਹਾਰੀ। ਜਿਵੇਂ ਅੱਜ ਅਸਾਂ ਫੇਰ ਫੜੇ, ਅਸੀਂ ਆਪ ਮੁਹਾਰੇ, ਕਲਮਾ ਪੜ੍ਹ ਕੇ ਅਸਾਂ ਖੁਦਾ ਕੁਰਾਨ ਰਸੂਲ ਕੋ ਇੱਕ ਪਾਸੇ ਚ ਰੱਖੇ, ਸਾਰੀ ਹਯਾਤੀ ਅਸਾਂ ਆਪਣੀ ਮਰਜ਼ੀ ਦੀ ਵਜ੍ਹਾ ਗੁਜ਼ਰੇ ਨੇ, ਕੂੜ ਮਰੇ ਨੇ। ਮਕਸਦ ਖੁਦਾ ਦੀ ਇਤਾਅਤ ਨਹੀਂ, ਸਾਡੀ ਜ਼ਿੰਦਗੀ ਦਾ ਮਕਸਦ ਕਟੰਗੇ ਨਹੀਂ ਕਿ ਇਤਬਾਅ ਰਸੂਲ ਕਾਮਯਾਬ ਕੀ ਹੋਈ। ਸਾਡੀ ਜ਼ਿੰਦਗੀ ਦਾ ਮਕਸਦ ਵਿੱਚ ਕੋਈ ਨਹੀਂ ਕਿ ਅੱਲਾਹ ਦੀ ਮਖਲੂਕ ਦੇ ਅੱਲਾਹ ਰਹਿਮਾਨ ਰਹੀਮ ਮੁਸ਼ਕਿਲ ਹੈ, ਨਾਫਰਮਾਨੀ ਹੈ, ਜਿਹੜੇ ਕਿ ਅਸਾਂ ਅਮਲ ਕਰਾਂ। ਅੱਲਾਹ ਨੇ ਆਪਣੇ ਬੰਦਿਆਂ ਵਾਸਤੇ ਕੋਈ ਐਸਾ ਨਿਜ਼ਾਮ ਅਤਾ ਨਹੀਂ ਫਰਮਾਇਆ ਜਿਹੜੇ ਕਿ ਅਮਲ ਕਰਨਾ ਮੁਸ਼ਕਿਲ ਹੋ। ਮੁਸ਼ਕਿਲ ਹੋਵੇ ਹਾਂ ਕਿ ਦੁਨੀਆ ਦੇ ਉਹ ਜ਼ਬਰਦਸਤ ਕਿਸਮ ਦੇ ਕਾਫਿਰ ਨਾ ਸਿਵਾਏ ਚੰਦ ਕੰਤਰੀ ਦੇ ਸਹਾਬਾ ਔਰ ਕੁਝ ਖਵਾਤੀਨ ਮੁਖਦਰਾਤ ਤਾਹਿਰਾਤ, ਬਾਕੀ ਸਭ ਮੁਸ਼ਰਕ, ਜ਼ਾਨੀ, ਸ਼ਰਾਬੀ, ਬਦਮਾਸ਼, ਚੋਰ, ਡਾਕੂ, ਦੁਨੀਆ ਦੇ ਸਾਰੇ ਬੁਰੇ ਕੰਮਾਂ ਦੇ ਪੈਕਰ ਇਸ ਦੀਨ ਨੇ ਉਹਨਾਂ ਨੂੰ ਕਿਤਨੀ ਜੰਗਲੀ ਤਮਾਮ ਬੁਰਾਈਆਂ ਤੋਂ ਛੋੜਨ ਵਾਲਾ, ਨੇਕੀਆਂ ਤੋਂ ਇਖਤਿਆਰ ਕਰਨ ਵਾਲਾ, ਤਮਾਮ ਸਹਾਬਾ ਇਕਰਾਮ ਰਿਜ਼ਵਾਨੁਲਲਾਹ ਤਾਲਾ ਅਲੈਹਿਮ ਅਜਮਾਈਨ ਕੌਣ? ਸਭੇ ਨਹੀਂ ਮੈਂ ਹਾਂ ਜੀ, ਮੈਂ ਅਬੂ ਬਕਰ ਸਿੱਦੀਕ ਦਾ ਉਸਮਾਨ ਮੁਸ਼ਰਕ ਹਨ, ਜਿਨਾ ਕਰੇਂਗੇ ਹਨ, ਸ਼ਰਾਬਾਂ ਪੀਂਦੇ ਹਨ, ਜੂਏ ਖੇਡਦੇ ਹਨ, ਜ਼ੁਲਮ ਕਰੇਂਗੇ ਹਨ, ਮੁਸਾਫਰਾਂ ਨੂੰ ਲੁੱਟੇਂਗੇ ਹਨ, ਔਰਤਾਂ ਦਾ ਕਾਰੋਬਾਰ ਕਰੇਂਗੇ ਹਨ, ਮਿਹਨਤ ਲੱਗਦੇ ਹਨ, ਵੱਡੇ ਵੱਡੇ ਸਰਦਾਰ ਤੋਂ 50 ਔਰਤਾਂ ਕੋਲ ਲੂਜੋ ਨੱਚਣ ਵਾਲੀਆਂ, ਤਾਲਣ ਵਾਲੀਆਂ ਤਿਆਰ ਕਰਾ ਕੇ, ਮੇਕਅਪ ਸ਼ਿੰਗਾਰ ਕਰਾ ਕੇ ਆਪਣੇ ਖੈਮੇ ਦੇ ਕੋਲ ਨੱਚਵੇਂਦੇ ਹਨ, ਕੋਈ ਸਨਾਹ ਵਾਸਤੇ ਖੇਡੇ ਦਾ, ਕੋਈ ਮੁੱਲ ਖੇਡ ਕੇ ਨਾ ਕਰਦੇ ਦਾ, ਕੋਈ ਫਿਲਮ ਤਮਾਸ਼ਾ ਦੇਖ ਕੇ ਬੇਹਜਾਈ ਕਰਕੇ ਚਲਾ ਜਾਂਦਾ, ਆਪਣੀ ਧੀਆਂ ਨੂੰ ਜ਼ਿੰਦਾ ਦਫ਼ਨ ਕਰਨ ਵਾਲੇ ਸਾਰੇ ਮਰ ਸਭ ਪਾਪ ਦੀਆਂ। ਅਗਰ ਜੀਵ ਮੁਸ਼ਕਲ ਹੋਵੇ ਤਾਂ ਕੌਣ ਹੀ ਕੋ ਕਬੂਲ ਕਰਿਆ? ਮੁਹੱਬਤ ਇਹ ਨਹੀਂ ਕਿ ਕਹੀਂ ਕੋ ਔਖਾ ਤੇ ਮੁਸ਼ਕਿਲ ਕਰਨਾ ਕੋ, ਮੁਹੱਬਤ ਇਹ ਮੁਹੱਬਤ ਦਾ ਤਕਾਜ਼ਾ ਹੈ ਕਿ ਆਪਣੇ ਮਹਿਬੂਬ ਵਾਸਤੇ ਰਾਹਤ, ਆਰਾਮ ਔਰ ਆਸਾਇਸ਼ ਮੁਹੱਈਆ ਕਰੋ। ਅੱਲਾਹ ਦੇ ਜਨਾਬ ਤਮਾਮ ਕੁਫਾਰ ਮੁਸ਼ਰਕੀਨ ਇਸਲਾਮ ਖੇਨਾਉਣ ਤੋਂ ਪਹਿਲੇ ਜਿਹੜੀ ਜ਼ਿੰਦਗੀ ਉਹਨਾਂ ਦੀ ਹੈ, ਸਭ ਕਾਫਰਾਨਾ ਜ਼ਿੰਦਗੀ, ਚਾਹਲਾਨਾ ਜ਼ਿੰਦਗੀ, ਬੇਖਬਰਾਂ ਵਾਲੀ ਜ਼ਿੰਦਗੀ, ਆਪਣੀ ਮਨਮਾਨੀ, ਤਾਕਤਵਰ
ਅਕਲ ਦਾ ਤਾਕਤਵਰ ਹੈ, ਪੈਸੇ ਦਾ ਤਾਕਤਵਰ ਹੈ, ਅਫਰਾਦੀ ਕੁਵਤ ਦਾ ਤਾਕਤਵਰ ਹੈ, ਜਿਸਮਾਨੀ ਤਾਕਤਵਰ ਹੈ, ਉਹ ਆਪਣੇ ਕੋਲ ਕਮਜ਼ੋਰ ਮਾਰ ਕੁੱਟ ਜ਼ੁਲਮ ਤਸ਼ੱਦਦ ਨਾਲ ਉਹਦਾ ਹੱਕ ਸੀ। ਜਿਹੜੇ ਦੀਨ ਦਾ ਨਾਮ ਹੀ ਇਸਲਾਮ ਹੈ, ਅਗਰ ਇਹਨਾਂ ਤੇ ਅਮਲ ਕਰਨਾ ਔਖਾ ਹੈ ਤਾਂ ਇਸਲਾਮ ਨਾ ਚਾਹੇ, ਇਸਲਾਮ ਤਾਂ ਸਲਾਮ ਕੀ ਹੈ, ਜੇ ਕੋਈ ਇਖਤਿਆਰ ਕਰਨ ਵਿੱਚ ਕੋਈ ਤਕਲੀਫ ਨਾ ਹੋਵੇ, ਪਰੇਸ਼ਾਨੀ ਨਾ ਹੋਵੇ, ਨਾ ਆਪਣੇ ਤੇ ਨਾ ਦੂਜੇ। ਸਾਹਬਾ ਇਕਰਾਮ ਰਿਜ਼ਵਾਨੁਲਲਾਹ ਤਾਲਾ ਦੇ ਮਜਮਾਈਨ ਵਾਸਤੇ ਇਹ ਜ਼ਰੂਰ ਹੈ ਕਿ ਕੁਫਰ ਦੀ ਆਦਤ ਕੀ ਹੋ ਜਾ ਕਰੇ, ਬੇਹਜਾਈ ਦੀ ਆਦਤ ਕੀ ਹੋ ਜਾ ਕਰੇ, ਜਿਸ ਕੰਮ ਦੀ ਬੰਦੇ ਕੋ ਆਦਤ ਹੈ ਉਹਨੇ ਨੂੰ ਕੋ ਛੋੜਨ ਜਰਾ ਔਖਾ ਹੁੰਦੇ, ਮੁਸ਼ਕਿਲਾਂ ਹੋਣਗੀਆਂ, ਸੰਗਤੀ ਸਾਥੀ ਬਿਰਾਦਰੀ ਖਾਨਦਾਨ ਕੌਮ ਬੜਾ ਉਹ ਇਹ ਬਰਦਾਸ਼ਤ ਨਹੀਂ ਕਰੇਂਗੇ ਵੀ ਇਹ ਇਹ ਹੁਣ ਸਾਰਾ ਕੰਮ ਛੋੜ ਦੇਵੇ, ਸਾਰੇ ਕੋਲ ਅੱਗ ਚੀ ਵੰਨੇ, ਇਹ ਮੁਸ਼ਕਿਲ ਹੁੰਦੀ ਹੈ। ਉਹਦੇ ਉੱਤੇ ਅਮਲ ਕਰਨ ਮੁਸ਼ਕਿਲ ਨਹੀਂ ਹੁੰਦਾ, ਅਮਲ ਕਰਨ ਸੌਖਾ ਹੁੰਦਾ। ਚੋਰੀ ਦਾ ਅਮਲ ਮੁਸ਼ਕਿਲ ਹੈ, ਇਜਾਜ਼ਤ ਮੁਸ਼ਕਿਲ ਨੇ, ਹਰਾਮ ਖਾਵਣ ਇਹ ਮੁਸ਼ਕਿਲ, ਹਲਾਲ ਕੋਈ ਮੁਸ਼ਕਿਲ ਨਹੀਂ, ਹਰਾਮ ਵਾਸਤੇ ਕੂੜ ਮਾਰਨਾ ਤੁਸੀਂ, ਚਲਾਕੀ ਕਰਨੀ ਤੁਸੀਂ, ਧੋਖਾ ਦੇਣਾ ਤੁਸੀਂ, ਹਲਾਲ ਕਮਾਉਣ ਵਾਸਤੇ ਸਾਹਮਣੇ ਵਿੱਚ ਕੋਈ ਮੁਸ਼ਕਿਲ ਨਹੀਂ, ਕੋਈ ਪਰੇਸ਼ਾਨੀ ਨਹੀਂ, ਕੋਈ ਰੁਕਾਵਟ ਨਹੀਂ, ਕੋਈ ਸ਼ਰਮ ਨਹੀਂ, ਕੋਈ ਹਿਜਾਬ ਨਹੀਂ, ਕੋਈ ਡਰ ਨਹੀਂ, ਕੋਈ ਖਤਰਾ ਨਹੀਂ। ਜ਼ਿਨਾ ਵਾਸਤੇ ਮੁਸ਼ਕਿਲਾਂ ਹਨ, ਨਿਕਾਹ ਵਾਸਤੇ ਕੋਈ ਨਹੀਂ, ਨਿਕਾਹ ਕਰਨ ਵਾਲੇ ਕੋਈ ਡਰ ਨਹੀਂ ਹੁੰਦਾ, ਲੋਕ ਆਏ ਬੈਠੇ ਹੁੰਦੇ ਹੁਣ ਇਹਦੇ ਸਾਹਮਣੇ, ਉਹ ਔਰਤ ਇੱਕ ਮਰਦ ਕਾਨੂੰਨ ਦੇ ਮੁਤਾਬਿਕ ਆਪਣੀ ਅਜ਼ਦਵਾਜੀ ਜ਼ਿੰਦਗੀ ਜ਼ਾਨੀ ਲੁੱਕ ਕੇ ਛੁਪ ਕੇ ਡਰ ਕਰੂ ਖੌਫ ਕਰੂ, ਮੁਸ਼ਕਿਲ ਕਿਆ ਕਿਆ, ਜ਼ਿਨਾ ਮੁਸ਼ਕਿਲ ਹੈ, ਨਿਕਾਹ ਮੁਸ਼ਕਿਲ ਹੈ, ਬੈ ਹਲਾਲ ਹੈ ਹਲਾਲ ਆਸਾਨ, ਰਿਬਾ ਮੁਸ਼ਕਿਲ ਹੈ ਸੂਦ, ਦੂਸਰਾ ਮਜਬੂਰ ਹੈ, ਇਹ ਉਹਦੀ ਮਜਬੂਰੀ ਕੋਲ ਨਾਜਾਇਜ਼ ਫਾਇਦਾ ਉਠਾ ਕੇ ਬਜਾਏ ਇਹਦੇ ਕੋਈ ਤਰ੍ਹਾਂ ਕੁਛ ਵੀ ਜ਼ਰੂਰ ਕਰੇ, ਉਹਦੀ ਮਜਬੂਰੀ ਕੋਲ ਨਾਜਾਇਜ਼ ਫਾਇਦਾ ਉਠਾ ਕੇ ਆਵੇ, 100 ਲੋੜੇ 100 ਗੇਨਵਾਂ 110 ਦੇ ਵੀ 120 ਆਉਂਦੇ ਵੀ, ਇਹ ਮੁਸ਼ਕਿਲ 100 ਦਾ 100 ਗਿਣਨਾ ਮੁਸ਼ਕਿਲ ਨਹੀਂ, ਦੇਵਣਾ ਵੀ ਮੁਸ਼ਕਿਲ ਨਹੀਂ, ਔਰ ਬਿਹਤਰ ਇਹ ਕਿ ਉਹ ਲੈ ਕੇ ਕਰਜ਼ਾ ਹਸਨਾ ਕਰਕੇ ਜਦ ਨੁਕੀ ਵੀ ਨਹੀਂ ਤਾਂ ਉਹ ਮਾਫ, ਇਹ ਜ਼ਿਆਦਾ ਬਿਹਤਰ ਹੈ, ਆਸਾਨ। ਅਸਾਂ ਮੱਕਾ ਵਾਲੀ ਮੁਨਾਫਾ ਵਾਲੀ ਜ਼ਿੰਦਗੀ ਤਾਲੀ ਮੁਸਲਮਾਨ ਵਾਲੀ ਜ਼ਿੰਦਗੀ ਨਹੀਂ, ਮੁਨਾਫਾ ਅਸਾਂ ਕਲਮਾ ਪੜ੍ਹਿਆ ਲਾ ਇਲਾਹਾ ਇਲਲਲਾਹ ਮੁਹੰਮਦੁਰ ਰਸੂਲੁਲਲਾਹ ਸੱਲੱਲਾਹੁ ਅਲੈਹਿ ਵਸੱਲਮ, ਕੀ ਮਾਨਾ ਤਰਜਮਾਮ ਕਰ, ਲਾ ਇਲਾਹਾ ਕੋਈ ਮਾਬੂਦ ਨਹੀਂ, ਇਲਲਲਾਹ ਮਗਰ ਹੈ ਅੱਲਾਹ, ਸਵਾਲ ਮਾਬੂਦ ਆਧੇ ਕਰਦੇ, ਰੱਬ ਇਨਾਸ ਮਲਿਕ ਇਨਾਸ ਇਲਾਹ ਇਨਾਸ, ਸਾਰੇ ਇਨਸਾਨਾਂ ਦੇ ਪਾਲਣ ਵਾਲਾ ਹੋਵੇ, ਸਾਰੇ ਕਾਇਨਾਤ ਸਾਡੇ ਇਨਸਾਨਾਂ ਦਾ ਬਾਦਸ਼ਾਹ ਹੋ, ਤੇ ਬਾਦਸ਼ਾਹ ਇਹ ਵਸ ਨਹੀਂ ਦਾ ਉੱਡ ਦੇ ਕੇ ਕੋਈ ਚੀਕ ਦੇ ਸਲਾਮ ਲੈ ਕੇ ਘਰ ਚੱਲ, ਫਿਰ ਬਾਦਸ਼ਾਹ ਦਾ ਹੁਕਮਰਾਨ ਦਾ ਹੁਕਮ ਦੇ ਸੀ ਹਾਕੇ ਦਾ ਮੁਤਲਕ ਹੋਵੇ, ਉਹ ਹੋਵੇ ਮਾਬੂਦ, ਔਰ ਬਿਨਾਸ ਹੋਵੇ ਮਲਿਕ ਇਨਾਸ ਹੋਵੇ, ਤੇ ਅੱਲਾਹ ਨੂੰ ਜਿਹੜੇ ਮਾਬੂਦ ਮੰਨਿਆ ਤੇ ਰੱਬ ਮੰਨਿਆ, ਮਲਿਕ ਮੰਨਿਆ, ਬਾਦਸ਼ਾਹ ਮੰਨਿਆ, ਹਾਕੇ ਦਾ ਮੁਤਲਕ ਮੰਨਿਆ, ਮਫਹੂਮ ਮਾਨਾ ਮਤਲਬ ਗਵਾਹੀ ਇਹ ਬਣੀ ਕੱਲਾ ਕਹਿੰਦੇ ਸਿਵਾ ਕਹਿਣ ਦਾ ਹੁਕਮ ਨਾ ਮਰੇ ਤੂੰ ਮੁਹੰਮਦ ਰਸੂਲੁਲਲਾਹ ਸੱਲੱਲਾਹੁ ਅਲੈਹਿ ਵਸੱਲਮ ਕਹਿੰਦੇ ਸਿਵਾ ਅਸਾਂ ਕਹੀਂ ਬੈ ਦੇ ਤਰੀਕੇ ਤੇ ਕਹਿਣਾ ਸੀ, ਅੱਲਾ ਕਹਿੰਦੇ ਸਿਵਾ ਕਹਿਣ ਦਾ ਹੁਕਮ ਨਾ ਮਰੇ ਤੂੰ ਔਰ ਤੇਰੇ ਰਸੂਲ ਦੇ ਇਲਾਵਾ ਕਹੀਂ ਬੈ ਦੇ ਤਰੀਕੇ ਤੇ ਨਾ ਪੁੱਛ, ਔਰ ਨਬੀ ਸਿਰਫ ਹੁਜੂਰ ਦੱਸਣ ਵਾਸਤੇ ਆਏ, ਨਬੀ ਸਿਰਫ ਨਮਾਜ਼ ਪੜ੍ਹਾਉਣ ਵਾਸਤੇ ਆਏ, ਬੜੇ ਕੰਮ ਸਵੇਰ ਤੋਂ ਲਾ ਕੇ ਸ਼ਾਮ ਤੇ ਸਿਰ ਜੋ ਕੁਛ ਕਰੇ ਨਾ ਕਾਗਜ਼ ਤੇ ਸਿਰ ਚਾਹੋ ਰਾਤ ਨੂੰ ਸੁਣਦੇ ਵੇਲੇ ਪੜ੍ਹ ਕੇ ਸੁਣੀ, ਜੇ ਤੇਰਾ ਜ਼ਮੀਰ ਤੇ ਤੂੰ ਆਖੇ ਤੂੰ ਮੁਸਲਮਾਨ ਹੀ ਤੂੰ ਬਸ ਤਾਂ ਗੱਲ ਫੜ ਲੈ। ਅਸਾਦੀ ਅਮਲੀ ਜ਼ਿੰਦਗੀ, ਅਮਲੀ ਜ਼ਿੰਦਗੀ 99% ਕਾਫਰਾਂ ਦੇ ਤਰੀਕਿਆਂ ਦਾ, ਸਾਰੇ ਮੁਲਕ ਦਾ ਨਿਜ਼ਾਮ ਕਾਫਰਾਂ ਦਾ, ਨਿਜ਼ਾਮ ਸਿਆਸਤ ਹੋਵੇ, ਰਿਆਸਤ ਹੋਵੇ,
कानून होवे अदालत दा निशाद तालीम तर्ज तालीम मकसद तालीम ओ तिजारत सूद केड़ा महकमा च सूद नहीं और मुसलमान की हैसियत में साडे ते क्या फर्क आ हजरत सरदार सिंह फरमाए सूद दे 70 गुना है के सब तो खाकर के दा गुना है के सूद देवन वाला सूद घिनन वाला दू गवाह एक लिखण वाला फरमाया पंजे आदमी ए समझन जेड़ा लिखेंदा बैठे जेड़ा गवाही पे देने जेड़ा देदा के जेड़ा घिनदा दे इमे सच्ची मां नाल जना करी दे की है और फरमाओ असा चौकी सूद दे खिलाफ मुजाहमत की थी असा घिनन तो इनकार की था बैंकर बनो चंगे चंगे सूद का कारोबार जमीन कारोबार तिजारत का कारोबार सारा अल्लाह पाक ने फरमाया जरा सूद का कारोबार करेंगे लेन देन करेंगे फजरू बिहर्द मिन अल्लाह व रसूल उन अल्लाह के अल्लाह के रसूल के खिलाफ ऐलान ने जंग मुझे ना हम अल्लाह ना लड़की रसूल ना लड़की और बच रही कौम आद बची कौम समूद बची कौम नूह बची कौम सादे बची कौम यूनुस बची कौम लूत बची अच्छा बच में अच्छा बच्चे खड़े हैं क्या हालत है सारी जितनी जिल्लत और रुसवाई की घटिया तरीन जिंदगी आज के मुसलमान की तारीख की थी जानी शराबी बदमाश फासिक मुर्तद हराम खोर अंदरू बाहरू खंजीर को ज्यादा नापाक ज़हनी तौर पे इतने नापाक इंसान सारे का हुक्मरान है कि तारीख जैसे खरीज के गंदे लोग का भी मिजाज और नमाज खातिर दाढ़ी पड़ना दे पर्दे को भौंकना दे पागल कुत्ते की तरह मसाजिद और मदारिस के इन्हें हमला आदर है जिन्हें भूखा नहर कहीं हलम के चुका हुआ अजर नदी था नहीं कावर नहीं मच्छी थे अगर सवाब बाकी है जुनूबी वजीरिस्तान शिमाली वजीरिस्तान थोड़े मुसलमान मारे बचे चौके थानी मारे ने कातिल मारे ने डाकू मारे ने सूदखोर मारे ने चौके शराब खाने बंद है चकले बंद है कंजरियां बंद है नचल डामर बंद है बेहजाई बचकारी बंद है चोरी बंद थी गई डाका बंद थी गए कातिल ठकील गए किगवा खत्म थी गए होने ने को आखिर बैठे उस जैसे रात न जल सड़क में छे इतर के त्रै तो बाद कंधा को घर कह भी लेना जो रस्ते में माशाला कम गया जंगल ਇਹ ਵਾਹ ਗਿਆ ਤਾਂ ਉਹ ਮੋਟਰਸਾਈਕਲ ਗਾਇਬ ਹੋ ਗਏ ਇਹ 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 ਕੌਣ ਮੋਟਰਸਾਈਕਲ ਗਾਇਬ ਕਰਨ ਵਾਲੇ ਹਿੰਦੁਸਤਾਨੀ ਕੌਣ ਹੈ ਇਹ ਗੋ ਅੱਲਾ ਦੀ ਕਾ ਗੁਲਾਮ ਰਸੂਲ ਖੁਦਾ ਬੋਲ ਗੁਲਾਮ ਮੁਸਤਫਾ ਕੀ ਜੁਦਾ ਹੈ ਨਾ ਕਰ ਕੌਣ ਕੌਣ ਇਹ ਕਿਉਂ ਹੈ ਕਿਆ ਮੁਸਲਮਾਨਾ ਦਾ ਕੰਮ ਅਗਰ ਮੁਸਲਮਾਨ ਅਜੀਮ ਕਰਨ ਲੱਗ ਤੇ ਕਿਉਂ ਕਰਨ ਲੱਗ ਤੇ ਇਹ ਹੁਕਮਰਾਨ ਤੇ ਹੁਕਮਰਾਨ ਇਹ ਦੇ ਕਿਉਂ ਹੈ ਜਿਉ ਜਸਰ ਆਮਾਦ ਹੂ ਉਮਾਦ ਹੂ ਜੈਸਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਇਤਬਾ ਅੱਲਾਹ ਦੇ ਹੁਕਮ ਦੀ ਫਰਮਾ ਬਰਦਾਰੀ ਕਰਦੇ ਮੁਕੰਮਲ ਤੌਰ ਤੇ ਕੋਸ਼ਿਸ਼ ਕਰੂਗਾ ਕਮਜ਼ੋਰੀ ਸਾਡੇ ਕੋਲ ਰਹਿ ਗਈ ਸੀ ਗਲਤੀ ਸਾਡੇ ਕੋਲ ਥੀ ਵੀ ਸੀ ਨਿਸ਼ਾਨ ਥੀ ਵੀ ਸੀ ਇਹ ਸਾਡੀ ਫਿਤਰਤ ਹੈ ਅਸਾਂ ਹੀ ਕੋਈ ਬਚ ਨਹੀਂ ਸਕਦੇ ਲੇਕਿਨ ਇਰਾਦਾ ਜਦੋਂ ਮੇਰੇ ਇਤਬਾ ਦਾ ਹੋਵੇ ਤੇ ਬਸ ਅੱਲਾਹ ਪਾਕ ਮੌਕਾ ਤੌਫੀਕ ਅਤਾ ਫਰਮਾਏ ਨਾ ਸਾਡੀ ਨੀਅਤ ਕੋਈ ਸਾਡੀ ਨੀਅਤ ਕੋਈ ਨਹੀਂ ਕਿ ਮੁਸਲਮਾਨਾਂ ਵਾਲੀ ਜ਼ਿੰਦਗੀ ਗੁਜ਼ਾਰੋ ਮੈਂ ਕਲਮਾ ਪੜ੍ਹ ਕੇ ਤੇ ਕੋਈ ਮਜਬੂਰੀ ਐਸਾ ਕੋ ਲੱਗੀਆਂ ਵਧੀਆਂ ਫਾਂਸੀ ਚੜ੍ਹੇ ਵਧੀਆਂ ਤੇ ਫਾਂਸੀ ਕੀ ਹੋ ਜਾਈ ਜੋ ਰਸਤਾ ਕਾਲ ਤੇ ਨੀਚੇ ਵਿੱਚ ਕੰਡ ਵਿੱਚ ਨਾ ਮਰਦੇ ਨਾ ਜੀਵੇ ਨੌਜ਼ ਮੇ ਦਾ ਕਲਮੇ ਦਾ ਗੈਰ ਗੱਲ ਪਾ ਵੇਖਿਆ ਨਾ ਮੁਸਲਮਾਨਾਂ ਵਾਲੇ ਰੱਖਦੇ ਪੈਂਦੇ ਮੁਸਲਮਾਨ ਪੜਨ ਤੇ ਰੂਹ ਨਹੀਂ ਆਦਾ ਨਿਕਾਹ ਤੇ ਰੂਹ ਨਹੀਂ ਆਦਾ ਤੇ ਸਨਾ ਕਰ ਨਿਕਾਹ ਤੇ ਹਿਕ ਨਾਲ ਪਾਬੰਦ ਨਹੀਂ ਕਰਨੀ ਬਈ ਸਨਾ ਦੇ ਵਿੱਚ ਛੁੱਟਾ ਡੁੱਕਾ ਜਿਵੇਂ ਸ਼ੂਰ ਕਮਾ ਦੀ ਬੜਿਆ ਬਤਾਉ
जानी ते यो पुछांगे ना इमे सुवर कमाद तो एकाला भंग ओ भंग ओ भंग ओ भंग ओ भंग जानी भी यो आदे चोर भी आदे रोज